पंजाब सरकार दे वल्लों कुछ नवे फैसले जिहड़े ले गए आ उहदे संबंध च मेरा वीर गल्लां नूं ध्यान नाल सुणियो समझियो कि किस तरीके दे नाल जिहड़ा पंजाब पंजाबियां नूं गुमराह कीता जा रहा ते किवें भंबल भूसे च पा के गेम आ जिहड़ी खेडी जा रही आ किवें पंजाबियां दे हक ने जिहड़े मारे जा रहे ने आपां उहदे गल्लबात करनी आ। एक तां मेरा वीर थल्ले जिहड़ियां टिप्पणियां ने आपां करदे आ सारा मैं पहले कह दिया कि पंजाबी च करिया करो कुछ सुनेहा देना। एक मुंडे दा आ गया थल्ले सोनी गुड जॉब ब्रो, मेरा वीर ये पंजाबी च करो। आपां पंजाबी नूं अपनी मां बोली नूं जे मान सत्कार बनदा देना तां फिर सानूं टिप्पणियां स्नेहे गल बात अपने नाम वट्सअपां दे फेसबुकां दे सारे पंजाबी च मेरा वीर करिया करो। सो आपां गल करनी है पहला तां एक वीडियो सुनियो उस तो बाद आपां गल करांगे। ये अज पंजाब दे मंत्री अरोड़ा साहब की वीडियो आ, ये सुनियो फिर आपां उदों बाद अगे गल करनी है। भाषा अपनी मात भाषा नूं प्रमोट करन दे लई और पंजाब दे नौजवानां नूं मुंडे कुड़ियां नूं वधेरे नौकरियां पंजाब दे विच मिल सकण इस मकसद दे नाल जिन्ने भी टेस्ट जिन्ने भी अगे नूं भर्तियां होणियां ने उन्हां दे विच पंजाब सरकार ने फैसला कीता कि एक टेस्ट होया करेगा स्पेशली पंजाबी भाषा नूं और घट्टो घट 50% मार्क्स ने जिहड़े होने जरूरी होणगे ताही उह पंजाब दे विच नौकरी जिहड़ी उन्हां नूं मिल सकेगी क्योंकि आपां देखदे हां कि बहुत सारियां बाहरलियां स्टेटां तों भी ਜਿਹੜੇ ਨੌਕਰੀ ਇੱਥੇ ਲੈ ਜਾਂਦੇ ਨੇ ਸਾਡੇ ਪੰਜਾਬ ਦੇ ਮੁੰਡੇ ਕੁੜੀ ਨੂੰ ਜਿਹੜੇ ਬੇਰੁਜ਼ਗਾਰ ਜਾਂਦੇ ਨੇ। ਲਓ ਜੀ ਅਰੋੜਾ ਸਾਹਿਬ ਕਹਿੰਦੇ ਕਿ ਜੀ ਅਸੀਂ ਨੌਕਰੀਆਂ ਪੰਜਾਬੀਆਂ ਨੂੰ ਦੇਣੀਆਂ ਨੇ ਕਿਉਂਕਿ ਸਾਡੇ ਪੰਜਾਬੀਆਂ ਦੀਆਂ ਨੌਕਰੀਆਂ ਦੇ ਉੱਤੇ ਜਿਹੜੇ ਡਾਕੇ ਵੱਜ ਰਹੇ ਨੇ ਬਾਹਰਲੇ ਸੂਬਿਆਂ ਦੇ ਆ ਕੇ ਜਿਹੜੇ ਨੌਜਵਾਨ ਆ ਉਹ ਨੌਕਰੀਆਂ ਲੈ ਜਾਂਦੇ ਨੇ। ਇਹਨਾਂ ਨੇ ਇੱਕ ਸ਼ਰਤ ਰੱਖੀ ਆ ਜੀ, ਅੱਜ ਸਰਕਾਰ ਨੇ ਮਨਜ਼ੂਰੀ ਦਿੱਤੀ ਆ ਜੀ ਇਸ ਗੱਲ ਨੂੰ ਕਿ ਜਿਹੜਾ ਵੀ ਟੈਸਟ ਦਰਜਾ ਤੀਜੇ ਦੇ ਵਿੱਚ ਜਿੰਨੀਆਂ ਨੌਕਰੀਆਂ ਦਰਜਾ ਤੀਜੇ ਦੀਆਂ ਹੋਣਗੀਆਂ ਉਹਦੇ ਵਿੱਚ ਟੈਸਟ ਰੱਖਿਆ ਗਿਆ ਜੀ 50 ਨੰਬਰ ਦਾ ਤੇ ਦਰਜਾ ਚੌਥੇ ਦੇ ਵਿੱਚ ਟੈਸਟ ਰੱਖਿਆ ਗਿਆ ਜੀ 8ਵੀਂ ਕਲਾਸ ਦੇ ਪੱਧਰ ਤੱਕ ਉਹ ਟੈਸਟ ਨੂੰ ਦੇਣਾ ਪਊਗਾ ਜਿਹਦੇ ਵਿੱਚੋਂ 50 ਨੰਬਰ ਲੈਣੇ ਲਾਜ਼ਮੀ ਹੋਣਗੇ। ਹੁਣ ਦੇਖੋ ਕਿਵੇਂ ਗੁੰਮਰਾਹ ਕੀਤਾ ਜਾ ਰਿਹਾ। ਪਿਛਲੀਆਂ ਸਰਕਾਰਾਂ ਦੀ ਨੀਤੀ ਕੀ ਸੀ ਕਿ ਜਿਹੜਾ ਵੀ ਕੋਈ ਇੱਥੇ ਆ ਕੇ ਅਪਲਾਈ ਕਰਦਾ ਯੂਪੀ ਬਿਹਾਰ ਬੰਗਾਲ ਦਾ ਉਹ ਇੱਕ ਭਾਸ਼ਾ ਵਿਭਾਗ ਦੇ ਵਿੱਚ ਪੇਪਰ ਦੇ ਕੇ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਪੇਪਰ ਦੇ ਕੇ ਜਿਹੜਾ 35 ਨੰਬਰ ਲੈ ਲੈਂਦਾ ਪਾਸ ਕਰ ਜਾਂਦਾ ਉਸ ਇੱਕੋ ਟੈਸਟ ਨੂੰ ਇੱਕੋ ਪੇਪਰ ਨੂੰ ਉਹ ਕਿਦੋਂ ਦਾ ਵੀ ਹੈ ਉਹ ਪੰਜਾਬ ਦੇ ਵਿੱਚ ਨੌਕਰੀ ਲੈਣ ਲਈ ਆਪਣੀ ਸ਼ਰਤ ਪੂਰੀ ਕਰ ਲੈਂਦਾ। ਇਹਨਾਂ ਨੇ ਕੀਤਾ ਜੀ 35 ਨੰਬਰ ਤੋਂ ਵਧਾ ਕੇ ਜੀ 50 ਨੰਬਰ ਕਰਤੇ, ਬਹੁਤ ਵੱਡਾ ਕੰਮ ਕਰਤਾ ਜੀ ਪੰਜਾਬੀਆਂ ਲਈ। ਜੇ ਉਹਨੇ ਸੋਚੋ ਮੈਂ ਉਹਦੇ ਭੰਸ ਮਾਣ ਨੂੰ ਮਿਲ ਕੇ ਇਹੀ ਕਹਿ ਕੇ ਆਇਆ ਸੀ ਕਿ ਡੋਮੀਸਾਈਲ ਜਾਂ ਮੋਨਾਫਾਈਡ, ਭਾਵ ਜਿਹੜਾ ਪੀੜ੍ਹੀ ਦਰ ਪੀੜ੍ਹੀ ਪੁਸਤ ਦਰ ਪੁਸਤ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਰਹਿੰਦਾ ਹੈ ਜਿਹਨੇ ਜਿਹਦੇ ਪਿਓ ਦਾਦੇ ਨੇ ਮਾਂ ਬਾਪ ਨੇ ਇੱਥੋਂ ਪੜ੍ਹਾਈ ਕੀਤੀ ਹੈ, ਜਾਂ ਇਹ ਕਰੋ ਕਿ 10ਵੀਂ ਤੱਕ ਜਿਹੜਾ ਬੰਦਾ ਪੰਜਾਬੀ ਪੜ੍ਹਿਆ ਹੋਇਆ ਉਹਨੇ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਪੜ੍ਹੀ ਹੈ। ਇਹ ਸ਼ਰਤਾਂ ਰੱਖੀਆਂ ਜਾਣ ਪੰਜਾਬ ਦੇ ਵਿੱਚ ਜਿਹਨੇ ਵੀ ਸਰਕਾਰੀ ਨੌਕਰੀ ਲੈਣੀ ਹੈ। ਉਹਦਾ ਕੁਛ ਕੀਤਾ ਨਹੀਂ ਗਿਆ, ਇੱਕ ਡਰਾਮਾ ਰਚਤਾ, ਡਰਾਮਾ ਕੀ ਰਚਿਆ ਕਿ ਪਹਿਲੀਆਂ ਸਰਕਾਰਾਂ ਜੀ 35 ਨੰਬਰ ਵਾਲੇ ਨੂੰ ਪਾਸ ਕਰਦੀਆਂ ਸੀ, ਹੁਣ ਅਸੀਂ 50 ਨੰਬਰ ਕਰਤੇ 15 ਨੰਬਰ ਵਧਾ ਤੇ ਜੀ। ਆਓ ਯੂਪੀ ਆਓ ਬਿਹਾਰ ਆਓ ਬੰਗਾਲ ਆਓ ਹਿਮਾਚਲ ਆਓ ਆਓ ਪੰਜਾਬ ਤਾਂ ਥੋੜੇ ਲਈ ਵਿਹਲਾ ਪਿਆ, ਜਦੋਂ ਮਰਜ਼ੀ ਆ ਕੇ ਇੱਕ ਟੈਸਟ ਦਿਓ ਤੇ ਪਾਸ ਕਰੋ ਤੇ ਪੰਜਾਬ ਦੀਆਂ ਨੌਕਰੀਆਂ ਲੈ ਲਓ। ਮੈਂ ਇਹਨਾਂ ਨੂੰ ਕਹਿਣਾ ਨਹੀਂ ਚਾਹੁੰਦਾ ਸੀ ਪਰ ਅੱਕੇ ਹੋਏ ਦੇ ਅੰਦਰੋਂ ਹੀ ਸ਼ਬਦ ਨਿਕਲ ਰਹੇ ਨੇ ਦਿੱਲੀ ਦੇ ਦਲਾਲੋ। ਉਹ ਦਿੱਲੀ ਦੇ ਦਲਾਲੋ ਕਿਉਂ ਪੰਜਾਬ ਨੂੰ ਮਾਰ ਰਹੇ ਆ, ਕਿਉਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਆ, ਕਿਉਂ ਕਿਉਂ ਸਾਰੀਆਂ ਤੁਹਾਡੀਆਂ ਨੀਤੀਆਂ ਦਿੱਲੀ ਵਾਲੇ ਬਣਾਉਂਦੇ ਨੇ, ਉਹ ਤੈਅ ਕਰਦੇ ਨੇ ਕਿ ਪੰਜਾਬ ਦੇ ਵਿੱਚ ਆਹ ਨੀਤੀਆਂ ਲਾਗੂ ਕਰਨੀਆਂ ਨੇ। ਇਸ ਕੰਮ ਲਈ ਤੁਹਾਨੂੰ ਲੋਕਾਂ ਨੇ ਸਰਕਾਰ ਬਣਾਈ ਹੈ, ਤੁਹਾਡੀ ਤੁਹਾਨੂੰ ਸਿਰ ਤੇ ਬਿਠਾਇਆ, ਤੁਹਾਡੇ 92 ਬੰਦੇ ਜਿਤਾਏ ਆ, ਇਸ ਕੰਮ ਲਈ
आ बहुत वड्डा अज मारका मारा जी सरकार ने इनकलाबियां दी सरकार ने आ तुसीं देखो तुहानूं मैं होर दस दिंदा जी करतूत ये देखो ये पता नहीं लगन दे भी की करी जांदे आ जिहड़े पंजाब स्कूल सिक्ख्या बोर्ड दी ना अपना माफ करना जिहड़ी बिजली बोर्ड दी भर्ती है बिजली बोर्ड दी भर्ती लई इन्हां ने 23 तरीक नूं 9वें महीने दी नूं एक चिट्ठी जारी कीती है गेट दी गेट एजेंसी है केंद्रीय एजेंसी ओह पेपर लैंदी है कि जिहड़ा मान लो किसे ने बिजली बोर्ड दे विच एसडीओ लगना है तो गेट दा टेस्ट दे के जिहड़ा बंदा गेट दा टेस्ट दिंदा ओह जो पास हुंदा ओह पंजाब च अप्लाई कर सकदा है जिहड़ा पंजाब लोक सेवा कमिशन है पीपीएससी जिहड़ा पंजाब पब्लिक सर्विस कमिशन है इहदे बारे पिछली कांग्रेस सरकार दे विच कैप्टन सरकार वेले कैप्टन ने चिट्ठी जारी कीती सी कि जिहड़ियां बिजली बोर्ड दियां जां होर कारपोरेशनां दियां जां होर जिन्नियां भी इत्थे वख-वख महकमां दे विच भर्तियां होणियां ने उहदे पेपर पंजाब सर्विस जिहड़ा पब्लिक सर्विस कमिशन है पंजाब लोक सेवा कमिशन उह लऊगा इहने नवीं चिट्ठी जारी करती कि जिन्हें गेट का पेपर दिता ओह इधर आके जो मर्जी आके एसडीओ जेई भर्ती हो जाए बिजली बोर्ड के तो बस 50 नंबर का एक उन्हें टेस्ट देना होगा वह बड़ी सौखी जी गल आपां नूं पता ही है कि मैं सैटिंगां सूटिंगां नाल उह पास कर जांदे ने जां जिहड़े बंदे नूं एसडीओ लगता आके जां जेई लगता है उन्हें किड्डी मुश्किल है 50 नंबर का उन्हें टेस्ट पास कर लेना उन्हें कोई बड़ी वड्डी गल नहीं सौखा है पेपर पा दिंदे आ ये करतूतां लगातार ये कर रहे ने इस करके इन्हां नूं दिल्ली दे दलाल कहना है वाले बंदे इस मेरे शब्द दे नाल सहमत नहीं होने उन्हां लगूगा कि यह बहुत उस तरह शब्द है कि किसी भी इंसान के खिलाफ है पर अके हुए कह रहे हैं लगातार जिहड़ा इन्हां दा काम विढ़िया होया लगातार ये लगातार हर नीति हर पॉलिसी पंजाब पंजाबियों के खिलाफ है कहते असीं पंजाब तैशी हैं असीं पंजाब नूं उपर लैके जाना असीं पंजाबियों नूं नौकरियां देनियां आ भवंत सिंह तू एक डमरू बजाने वाला तमाशबीन बनया हुआ भरावा जिमें तेन नचाते डू डूगी बजाते मैं तू नच रहा ना इधरो कमाओ पंजाब दे नाल की माड़ा करता होड़ा पंजाब पंजाबियों ने यही काम पहला बादलों ने किया यही काम पहला कांग्रसियों ने किया इस पावे इन्होंने हालातों पंजाब ले आए अक्की हुई साड़ी नौजवानी चट्टियां दे राह पैगी जां बाहरले मुल्क जड़ चली थोड़े को लोगों को उम्मीद सी माड़ी मोटी कुछ करोगे पंजाब का तुम तो उदू भी गह गुजरे हम अगली अगला काम देख लो इन्हों का अगली सुन लो पंजाब के लोगो जे इन्होंने भी जुड़े हुए सुन लो भरावो पंजाब सरकार ने टेंडर जारी किया नोटिस जारी किया टेंडर के लिए 31 तरीक तक कहो कि पंजाब सरकार एक जहाज खरीदने जा रही है जी जहाज 10 सीटा वाला जहाज खरीदना पंजाब सरकार ने जिदी एक दिन की दिहाड़ी पता कि 10 लाख रुपया 10 लाख रुपये के दिहाड़ी के उत्ते एक साल की खातर पंजाब सरकार पंजाब के मुख्यमंत्री मान साहब जहाज खरीदने जा रहे हैं जी वो चलाओ ना चलाओ 10 लाख रुपया वह पै जाना जिहड़े सूबे की माली हालत एड्डी माड़ी है जिहड़े सूबे कोले यूनिवर्सिटियां नूं कालजां नूं देण नूं पैसे नहीं हैगे तनखाह देण नूं पैसे नहीं हैगे जिहड़ी सरकार दे कोले हस्पतालां 'च नवीआं मशीनां दे लैके देण नूं पैसे नहीं हैगे स्कूलां दे विच समान लैके देण नूं पैसे नहीं हैगे जिहड़े पंजाब दा टैक्स दा अद्धों वध पैसा इकट्ठा होया वा ब्याज दे रूप च लै जांदा है जिहड़ा इन्ना कर्जा चढ़िया होया पंजाब दे सिर उहदा ब्याज अद्धों वध पैसा टैक्स दा इकट्ठा होया उह चलिया जांदा उधर उह पंजाब सरकार उह इक पंजाबी दी कहावत है कि मां फिरे फोसी फोसी दे पुत गहारे बक्से भी मां पाथी पाथी इकट्ठी करदी फिरदी है ते पुत गहारे चुका दिंदा इत्थे पंजाब दे हालात उह ने पर इह सरकार की कर रही है 10 लाख रुपया एक दिन का दिहाड़ी दे उत्ते साल की खातर जहाज खरीद रही है चलाओ ना चलाओ जिहदा एक अंकड़ा मोटा जांदा है भी एक साल का
60 ਤੋਂ 70 ਕਰੋੜ ਰੁਪਈਆ ਜਿਹੜਾ ਖਰਚਾ ਆਉਣਾ ਜਹਾਜ਼ ਦੇ ਉੱਤੇ। ਤੇ ਜਹਾਜ਼ ਦੀ ਲੋੜ ਕਿਹਨੂੰ ਆ? ਭਵੰਤ ਨੂੰ ਤਾਂ ਹੈ ਨਹੀਂ, ਉਹਦੇ ਤਾਂ ਹੈਲੀਕਾਪਟਰ ਹੈਗਾ। ਜੇ ਆਪਾਂ ਪੰਜਾਬ ਦੇ ਕੋਨੇ ਤੋਂ ਦੂਜੇ ਕੋਨੇ ਤੱਕ ਵੀ ਜਾਣਾ, ਜੇ ਆਪਾਂ ਗੱਡੀ ਤੇ ਵੀ ਜਾਣਾ, 4-4.5 ਘੰਟੇ ਦਾ ਰਾਹ ਬਣਦਾ ਆਪਣਾ। ਇਹਦੇ ਕੋਲ ਹੈਲੀਕਾਪਟਰ ਹੈਗਾ ਪੰਜਾਬ ਸਰਕਾਰ ਕੋਲ, ਜਿਹਨੇ ਇੱਕ ਤੇ ਵੀ ਜਾਣਾ ਪੰਜਾਬ ਦੇ ਵਿੱਚ, ਇਹਦੇ ਕੋਲ 40-45 ਮਿੰਟ ਦਾ ਸਮਾਂ ਲੱਗਣਾ ਹੈਲੀਕਾਪਟਰ ਦੇ ਉੱਤੇ, ਜੋ ਕਿ ਐਮਰਜੈਂਸੀ ਹਾਲਾਤ ਬਣਦੇ ਜਾਣਾ ਪੈਂਦਾ। ਜੇ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ ਵੀ ਜਾਣਾ, ਮੰਨ ਲਓ ਕੋਈ ਮੀਟਿੰਗ ਆਉਂਦੀ ਦਿੱਲੀ ਜਾਣਾ, ਤਾਂ ਵੀ ਇਹਨੂੰ 2-2.5 ਘੰਟਿਆਂ ਦੇ ਵਿੱਚ ਉਹ ਹੈਲੀਕਾਪਟਰ ਉੱਥੇ ਲਾ ਦੂਗਾ। ਹੁਣ ਇਦੂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਤੇ ਜਾਣਾ ਨੀ। ਹੁਣ ਜਹਾਜ਼ ਕਿਹਦੇ ਲਈ ਖਰੀਦਿਆ ਜਾ ਰਿਹਾ? ਦੇਖੋ ਜਹਾਜ਼ ਖਰੀਦਿਆ ਜਾ ਰਿਹਾ ਕੇਜਰੀਵਾਲ ਲਈ। ਕਿਉਂ? ਕਿਉਂਕਿ ਉਹਨੇ ਕਦੇ ਪ੍ਰਚਾਰ ਕਰਨ ਪਾਰਟੀ ਦਾ ਦਿੱਲੀ ਤੋਂ ਗੁਜਰਾਤ ਜਾਣਾ ਹੁੰਦਾ, ਕਦੇ ਦਿੱਲੀ ਤੋਂ ਹਿਮਾਚਲ ਜਾਣਾ ਹੁੰਦਾ, ਕਦੇ ਮਹਾਰਾਸ਼ਟਰ ਜਾਣਾ ਹੁੰਦਾ, ਕਦੇ ਬਿਹਾਰ ਜਾਣਾ ਹੁੰਦਾ, ਕਦੇ ਬੰਗਾਲ ਜਾਣਾ ਹੁੰਦਾ। ਨਾਲ ਬਿਠਾਇਆ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਸਰਬਵੰਤ ਸਿੰਘ ਮਾਨ ਨੂੰ, ਤੇ ਨਾਲ ਬੈਠਿਆ ਕਰਨਗੇ ਕੇਜਰੀਵਾਲ ਜੀ, ਤੇ ਜਹਾਜ਼ ਨੂੰ ਉਡਣ ਟੋਲੇ ਨੂੰ ਫਲੈਂ ਘੁਮਾਉਣਗੇ। ਹੁਣ ਇਹ ਕਰਤੂਤਾਂ, ਇਹ ਸਰਕਾਰ, ਇਨਕਲਾਬੀ ਜਿਹੜੇ ਅਖੌਤੀ ਇਨਕਲਾਬੀ ਭਗਤ ਸਿੰਘ ਦੇ ਵਾਰਸ, ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਨ ਵਾਲੇ, ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਨ ਵਾਲੇ, ਜੇ ਮੇਰੇ ਵਰਗਾ ਬੰਦਾ ਤੁਹਾਡੀਆਂ ਆਹ ਕਰਤੂਤਾਂ ਬਾਹਰ ਲੈ ਕੇ ਆਉਂਦਾ, ਜੱਗ ਜਾਹਰ ਕਰਦਾ, ਪੰਜਾਬੀਆਂ ਦੇ ਅੱਗੇ ਲਿਆ ਕੇ ਰੱਖਦਾ ਕਿ ਆਹ ਕੁਛ ਕਰ ਰਹੀ ਹੈ ਸਰਕਾਰ, ਤਾਂ ਮੇਰੇ ਵਰਗੇ ਨੂੰ ਤੁਸੀਂ ਪਿੱਛੇ ਦਾ ਪਰਚਾ ਦਰਜ ਕਰਾਇਆ ਸੀ, ਪਰ ਉਹੀ ਕਰਤੂਤਾਂ ਕਰਦੇ ਹੋ। ਤਕਲੀਫ ਤੁਹਾਨੂੰ ਮੇਰੇ ਨਾਲ ਇਹੀ ਹੈ, ਪਰ ਮੈਂ ਤੁਹਾਡੀ ਵੱਟ ਨਹੀਂ ਪਾਉਂਦਾ ਆ ਕੇ, ਤੁਹਾਡਾ ਗੁਲਾਮਾਂ ਨਹੀਂ ਫੜਦਾ ਆ ਕੇ। ਤੁਹਾਡੀਆਂ ਜਿਹੜੀਆਂ ਕਰਤੂਤਾਂ ਨੇ, ਲੋਕ ਮਾਰੂ ਨੀਤੀਆਂ ਨੇ, ਪੰਜਾਬ ਪੰਜਾਬੀ ਮਾਰੂ ਨੀਤੀਆਂ ਨੇ ਜਿਹੜੀਆਂ ਲੈ ਕੇ ਆ ਰਹੇ ਹੋ ਲਗਾਤਾਰ, ਜੋ ਦਿੱਲੀ ਲੈ ਕੇ ਆ ਰਹੀ ਹੈ, ਇਸੇ ਕਰਕੇ ਆਹੀ ਗੱਲਾਂ ਦਾ ਵਿਰੋਧ ਮੇਰਾ ਤੁਹਾਡੇ ਨਾਲ ਲਗਾਤਾਰ ਰਹਿਣਾ, ਤੇ ਜਿੰਨਾ ਚਿਰ ਸਾਹ ਨੇ ਤੁਹਾਡੇ ਸਾਹ ਦਾ ਗਲ ਚਪਸਾ ਕੇ ਰੱਖੂਗਾ। ਭੁੱਲ ਜਾਓ ਵੀ ਤੁਸੀਂ ਅਜਿਹੀਆਂ ਕਰਤੂਤਾਂ ਕਰਕੇ ਲੋਕਾਂ ਦੇ ਅੱਖੀਂ ਘੱਟਾ ਪਾ ਜਾਓਗੇ, ਤੇ ਚੁੱਪ ਚੁੱਪੀ ਤੇਰੀਆਂ ਨੀਤੀਆਂ ਲਾਗੂ ਕਰ ਜਾਓਗੇ। ਪੰਜਾਬ ਦੇ ਲੋਕੋ, ਇਹਨਾਂ ਦੀ ਆਹ ਜਿਹੜੀ ਕਰਤੂਤ ਮੈਂ ਤੁਹਾਨੂੰ ਦੱਸ ਚੁੱਕਿਆ, ਬਹੁਤ ਮਾੜੀ ਇਹ ਹਰਕਤ ਕੀਤੀ ਹੈ ਸਰਕਾਰ ਨੇ ਕਿ ਪੰਜਾਬ ਨੂੰ ਨੌਕਰੀਆਂ ਨਹੀਂ, ਇਹ ਬਾਹਰਲਿਆਂ ਨੂੰ ਫਿਰ ਲਿਆ ਕੇ ਬਿਠਾਉਣ ਤੁਸੀਂ ਦੇਖ ਲਿਓ। ਇਸ ਕਰਕੇ ਤੁਸੀਂ ਵੀ ਜਾਗੋ ਯਾਰ, ਤੁਸੀਂ ਵੀ ਜਾਗੋ। ਇਕੱਲਾ ਇੱਥੇ ਥੱਲੇ ਲਿਖ ਦੇਣਾ ਬਾਈ ਸਹੀ ਗੱਲ ਆ, ਬਾਈ ਬਹੁਤ ਵਧੀਆ, ਬਾਈ ਇਹਦੇ ਨਾਲ ਨੀ, ਬਾਈ ਇਸ ਗੱਲ ਨਾਲ ਗੱਲ ਨੀ ਬਣਨੀ, ਸਹੀ ਗੱਲ ਆ ਬਾਈ, ਠੀਕ ਆ ਤੇਰੀ ਗੱਲ। ਤੁਸੀਂ ਵੀ ਆਪਦੇ ਤੌਰ ਤੇ ਯਾਰ, ਤੁਹਾਡੇ ਹਲਕਿਆਂ ਚ ਕੋਈ ਇਹਨਾਂ ਦਾ MLA ਆਉਂਦਾ, ਕੋਈ ਇਹਨਾਂ ਦਾ ਮੰਤਰੀ ਆਉਂਦਾ, ਘੇਰ ਕੇ ਸਵਾਲ ਪੁੱਛੋ ਕਿ ਆਹ ਕੀ ਕਰਤੂਤ ਕਰ ਰਹੇ ਹੋ, ਜਾਂ ਦਿਓ ਮੇਰੀਆਂ ਗੱਲਾਂ ਦਾ ਜਵਾਬ, ਜੇ ਹਿੰਮਤ ਆ ਮੇਰੀਆਂ ਗੱਲਾਂ ਦਾ ਜਵਾਬ ਦਿਓ। ਆਹ ਕਰਤੂਤ ਆ ਨਾ ਗੱਲ ਪੱਲਾ, ਆ ਰੋਜ਼ ਅਖਬਾਰ ਪੜ੍ਹ ਲਿਆ ਕਰੋ, ਆਹ ਦਿਖਦਾ ਤੁਹਾਨੂੰ ਨਾ, ਮਾਨ ਸਾਹਿਬ ਬੈਠੇ ਆ ਥੱਲੇ, ਕੰਮ ਕੀ ਲਿਖਿਆ ਹੋਇਆ ਵੀ ਪੜ੍ਹ ਲਓ, ਇਧਰੋਂ ਆਹ ਦੇਖ ਲਓ, ਇਸ਼ਤਿਹਾਰ ਆ ਜੀ, ਇਹ ਰੋਜ਼ ਰੋਜ਼ ਆਉਂਦੇ ਆ ਜੀ, ਇਹ ਰੋਜ਼ ਰੋਜ਼ਾਨਾ ਜੀ, ਇਹ ਪੰਜਾਬ ਦੇ ਇਕੱਲੇ ਅਖਬਾਰਾਂ ਚ ਨੀ ਜੀ, ਹਿਮਾਚਲ, ਗੁਜਰਾਤ, ਉੜੀਸਾ, ਆਂਧਰਾ, ਰਾਜਸਥਾਨ, ਬਿਹਾਰ ਦੇ ਅਖਬਾਰਾਂ ਚ ਵੀ ਲੱਗਦੇ ਨੇ ਜੀ। ਇਹ ਕਰਤੂਤ ਆ ਜੀ, ਜਿਹਦੇ ਕਰੋੜਾਂ ਰੁਪਈਆ ਖਰਚ ਕਰ ਰਹੇ ਜੀ ਇਹ। ਦੇਖੋ ਜੀ, ਇਹਨਾਂ ਦਾ 7 ਮਹੀਨੇ ਬਨਾਮ 70 ਸਾਲ, ਇਸ਼ਤਿਹਾਰ ਬੋਲ ਗਿਆ ਜੀ, ਪੰਜਾਬ ਬਣਿਆ ਨਿਵੇਸ਼ ਦਾ ਕੇਂਦਰ, 21,000 ਕਰੋੜ ਦੇ ਗਾਮੀ ਨਿਵੇਸ਼ ਦੇ ਨਾਲ ਨੌਜਵਾਨਾਂ ਲਈ ਰੁਜ਼ਗਾਰ, 2600 ਕਰੋੜ ਦੀ ਲਾਗਤ ਵਾਲਾ ਟਾਟਾ ਸਟੀਲ ਪਲਾਂਟ, ਨਿਵੇਸ਼ ਲਈ ਸਿੰਗਲ ਵਿੰਡੋ ਸਿਸਟਮ। ਲੈ ਆਹ ਗੱਲ ਦੱਸਣ ਲਈ ਇਹਨਾਂ ਨੇ ਆਹ ਦੇਖ ਲਓ, ਨੇਕ ਨੀਤ ਤੇ ਨੇਕ ਸੋਚ, ਇਹ ਨੇਕ ਨੀਤ ਵਾਲੇ ਸੁਣ ਲਓ ਜੀ, ਇਨਕਲਾਬੀਆਂ ਦੇ ਆਹ ਕੰਮ ਨੇ ਜੀ ਇਹਨਾਂ ਦੇ। ਆਹ ਰੋਜ਼ ਰੋਜ਼ ਤੁਸੀਂ ਅਖਬਾਰ ਦੇਖ ਲਿਆ, ਰੋਜ਼ ਲੱਗਿਆ ਹੁੰਦਾ ਹੈ, ਇਹ ਲੱਖਾਂ ਰੁਪਇਆ ਇਸ਼ਤਿਹਾਰ ਹੈ ਇੱਕ ਅਖਬਾਰ ਦਾ, ਤੇ ਕਰੋੜਾਂ ਰੁਪਈਆ ਇਸ਼ਤਿਹਾਰਬਾਜ਼ੀ ਤੇ ਖਰਚ ਕਰ ਰਹੇ ਨੇ, ਕਰੋੜਾਂ ਰੁਪਈਆ ਦੱਸਣ ਲਈ ਕਿ ਅਸੀਂ ਸਾਡਾ ਕੰਮ ਬੋਲਦਾ ਹੈ ਜੀ। ਕਿਹੜਾ ਕੰਮ ਬੋਲਦਾ ਬਾਈ? ਚਿੱਟੇ ਨਾਲ ਰੋਜ਼ ਮੁੰਡੇ ਮਰਦੇ ਆ, ਰੋਜ਼ ਭਰੀਆਂ ਪਈਆਂ ਹੁੰਦੀਆਂ ਅਖਬਾਰਾਂ ਤੇ ਆ ਚੈਨਲਾਂ ਦੇ ਉੱਤੇ, ਕਿਵੇਂ ਟੀਕੇ ਲਾ ਲਾ ਸਾਡੀ ਜਵਾਨੀ ਮਰ ਰਹੀ ਹੈ, ਉਹ ਤੁਹਾਡਾ ਕੰਮ ਬੋਲਿਆ ਨੀ ਕਦੇ, ਉਧਰ ਨੂੰ ਧਿਆਨ ਨਹੀਂ ਗਿਆ ਕਦੇ। ਆਪਾਂ ਕਦੇ ਗੁਜਰਾਤ ਚੜ ਜਾਂਦੇ ਆ ਜਨਾਬ, ਕਦੇ ਹਿਮਾਚਲ ਚੜ ਜਾਂਦੇ ਆ, ਕਦੇ ਕਦੇ ਹੋਰ ਚਲੇ ਜਾਂਦੇ ਆ। ਪੰਸਿਆਂ ਅਕਲ ਨੂੰ ਹੱਥ ਮਾਰ, ਅਕਲ ਨੂੰ ਹੱਥ ਮਾਰ, ਇਹ ਲੋਕਾਂ ਨੇ ਤੈਨੂੰ ਸਿਰ ਦਾ ਤਾਜ ਬਣਾਇਆ, ਸਿਰ ਤੇ ਬਿਠਾਇਆ, ਮੁੱਖ ਮੰਤਰੀ ਬਣਾਇਆ ਪੰਜਾਬ ਦੇ ਲੋਕਾਂ ਨੇ, ਨਾ ਦਿੱਲੀ ਦਾ ਮਦਾਰੀ ਬਣ ਕੇ ਨੱਚ, ਨਾ ਦਿੱਲੀ ਦਾ ਮਦਾਰੀ ਬਣ, ਪੰਜਾਬ ਦੀ ਗੱਲ ਕਰ, ਪੰਜਾਬ ਦੀ ਜਿਹੜੀਆਂ ਗੱਲਾਂ ਕਹਿ ਕੇ, ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਕਿ ਸਾਡਾ ਸਾਡੀ ਸਰਕਾਰ ਆਉਣ ਤੇ ਅਸੀਂ ਆਹ ਕਰਾਂਗੇ ਆਹ ਕਰਾਂਗੇ, ਉਹਦਾ ਇੱਕ ਗੱਲ ਤੇ ਵੀ ਨਹੀਂ ਖਰਾ ਉਤਰਿਆ, ਤੁਹਾਨੂੰ ਇੱਕ ਤੇ ਵੀ ਉਤਰਿਆ,
ਹੁਣ ਤਾਂ ਦੱਸ ਦੇ 7 ਮਹੀਨੇ ਤੇਰੀ ਕਾਰਗੁਜ਼ਾਰੀ ਦੱਸ ਦੇ ਕੀ ਹੈ ਵੀ ਆਹ ਮੈਂ ਇਧਰਲੇ ਪਾਸੇ ਚਿੱਟੇ ਨੂੰ ਠੱਲ ਪਾ ਲਈ ਆਹ ਮੈਂ ਪਾਣੀ ਵਾਲਾ ਮਸਲਾ ਹੱਲ ਕਰਤਾ ਜਿਹੜਾ ਦਰਿਆਵਾਂ ਦਾ ਪਲੀਤ ਕੀਤਾ ਜਾ ਰਿਹਾ ਆਹ ਮੈਂ ਖੇਤੀ ਵਾਲਾ ਕੋਈ ਮਸਲਾ ਹੱਲ ਕਰਤਾ ਕੋਈ ਤਾਂ ਹੋਵੇ ਆਹ ਨੌਕਰੀਆਂ ਦਿੱਤੀਆਂ ਮੈਂ ਕਿਸੇ ਪਾਸੇ ਤਾਂ ਆ ਜਾਓ ਅੱਜ ਵੀ ਤੇਰੇ 12 ਦੇ ਅੱਗੇ ਸੰਗਰੂਰ ਧਰਨਿਆਂ ਦੇ ਬੈਠੇ ਨੇ ਬੇਰੁਜ਼ਗਾਰ ਟੈਂਕੀਆਂ ਦੇ ਚੜੇ ਬੈਠੇ ਨੇ ਜਿਨ੍ਹਾਂ ਨੂੰ ਕੇਜਰੀਵਾਲ ਕਦੇ ਭੈਣ ਬਣਾਉਂਦਾ ਹੁੰਦਾ ਆ ਕੇ ਆ ਜਾ ਭੈਣੇ ਤੂੰ ਮੇਰੀ ਭੈਣ ਥੱਲੇ ਆ ਥੱਲੇ ਉਤਰਿਓ ਅਸੀਂ ਸਾਡੀ ਸਰਕਾਰਾਂ ਦੇ ਨੌਕਰੀਆਂ ਦੇਵਾਂਗੇ ਤੂੰ ਉਹੀ ਪੰਥ ਸਨਮਾਨ ਹੈ ਜਿਹੜੇ ਨੇ ਕਦੇ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਕੋਈ ਡਾਂਗ ਨਹੀਂ ਚੱਲੂ ਕੋਈ ਧਰਨਾ ਨਹੀਂ ਲੱਗੂ ਕੋਈ ਮਜ਼ਾਲਾ ਨਹੀਂ ਹੋਊਗਾ ਹਰਾਪਣ ਚਲਾਵਾਂਗੇ ਤੇਰੀ 7 ਮਹੀਨੇ ਵਿੱਚ ਕਿੰਨੇ ਧਰਨੇ ਕਿੰਨੇ ਮਜ਼ਾਰੇ ਤੇ ਕਿੰਨੇ ਨੌਜਵਾਨ ਟੈਂਕੀਆਂ ਤੇ ਮੁੰਡੇ ਕੁੜੀਆਂ ਤੇ ਕਿੰਨੇ ਸੜਕਾਂ ਤੇ ਰੋਲ ਰਹੇ ਨੇ ਕਿੰਨੇ ਵਾਰੀ ਆ ਮੀਤ ਹੇਰ ਦੀ ਕੋਠੀ ਮੂਹਰੇ ਡਾਂਗਾਂ ਪਈਆਂ ਕਿੰਨੇ ਵਾਰੀ ਸੰਗਰੂਰ ਤੇਰੇ ਘਰ ਮੂਹਰੇ ਡਾਂਗਾਂ ਪਈਆਂ ਪਟਿਆਲੇ ਬਿਜਲੀ ਬੋਰਡ ਦੇ ਦਫ਼ਤਰ ਮੂਹਰੇ ਡਾਂਗਾਂ ਪਈਆਂ ਹੈ ਕੋਈ ਜਵਾਬ ਜੋ ਜਵਾਬ ਨਹੀਂ ਹੈਗਾ ਫਿਰ ਮੇਰੇ ਵਰਗਿਆਂ ਦੀ ਆਵਾਜ਼ ਦੱਬਣ ਲਈ ਪਰਚਾ ਆ ਜਾਓ ਤਿਆਰ ਹਾਂ ਅਸੀਂ ਨਾ ਪਰਚਿਆਂ ਦੀ ਪਰਵਾਹ ਪਰ ਕੁੱਤੀ ਘੋਰਨੇ ਤੋਂ ਵੱਢ ਕੇ ਹਟਾਂਗੇ ਇਹ ਤੁਹਾਨੂੰ ਦੱਸਦਾ ਇਹ ਪੰਜਾਬ ਦੱਬਿਆ ਨਹੀਂ ਜਾਣਾ ਜਿਵੇਂ ਤੁਸੀਂ ਦੱਬਣ ਨੂੰ ਫਿਰਦੇ ਤੇ ਉਹ ਹਾਲ ਤੁਹਾਡਾ ਹਾਸਲ ਕਰਨਗੇ ਲੋਕ ਮੇਰੀ ਗੱਲ ਯਾਦ ਰੱਖਿਓ ਜਿਹੜੀਆਂ ਚਲਾਕੀਆਂ ਜਿਹੜੀਆਂ ਬੇਈਮਾਨੀਆਂ ਇਹੀ ਬੇਈਮਾਨੀ ਬਾਦਲਾਂ ਨੇ ਇਹੀ ਬੇਈਮਾਨੀ ਕਾਂਗਰਸੀਆਂ ਨੇ ਕੀਤੀ ਕੁਰਸੀਆਂ ਦੀ ਖਾਤਰ ਉਹਨਾਂ ਨੇ ਪੰਜਾਬ ਦੇ ਹੱਕ ਵੇਚੇ ਹਿੱਤ ਵੇਚੇ ਉਹਨਾਂ ਕੰਮਾਂ ਦੇ ਤੁਸੀਂ ਆ ਗਏ ਉਦੋਂ ਅੱਗੇ ਟੱਪ ਗਏ ਲੈਣਗੇ ਇਕੱਲੀ ਇਕੱਲੀ ਗੱਲ ਦਾ ਹਿਸਾਬ ਲੈਣਗੇ ਲੋਕ ਗਿਣ ਗਿਣ ਲੈਣਗੇ ਯਾਦ ਰੱਖਿਓ ਕੱਢ ਦਿਓ ਭੁਲੇਖਾ ਸੋ ਪੰਜਾਬ ਦੇ ਲੋਕੋ ਜਾਗੋ ਤੁਹਾਨੂੰ ਕਹਿਣਾ ਯਾਰ ਇਹੀ ਗੱਲਾਂ ਅਸੀਂ ਵੋਟਾਂ ਤੋਂ ਪਹਿਲਾਂ ਕੱਢਦੇ ਸੀ ਉਹ ਦੂਜਿਆਂ ਨੂੰ ਵੀ ਮਾੜੇ ਸਾਬਤ ਹੋਣਗੇ ਆਹ ਗੱਲਾਂ ਸਾਡੇ ਸਾਹਮਣੇ ਆਈ ਜਾਂਦੀਆਂ ਹੁਣ ਵੀ ਨੀ ਸਾਨੂੰ ਸਮਝ ਪੈ ਰਹੀ ਵੀ ਕੀ ਕਰਤੂਤ ਕਰੀ ਜਾਂਦੇ ਆ ਕੀ ਕੰਮ ਕਰੀ ਜਾਂਦੇ ਆ ਕਿਵੇਂ ਗੁੰਮਰਾਹ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਕਿਵੇਂ ਕਹਾਣੀ ਨੂੰ ਮਰੋੜ ਕੇ ਪੇਸ਼ ਕਰਕੇ ਅਸੀਂ ਆਹ ਕਰਤਾ ਜੀ ਪੰਜਾਬ ਲਈ ਅਸੀਂ ਨੌਕਰੀਆਂ ਚ ਐਂ ਕਰਤਾ ਜੀ ਐਂ ਕਰਤਾ ਕਿਉਂ ਨੀ ਰਾਖਵਾਂ ਕਰਮ ਕਰਦੇ ਪੰਜਾਬੀਆਂ ਦਾ ਸਾਡੇ ਤੇ ਸਾਰੇ ਕੋਈ ਦਿੱਲੀ ਦਾ ਖਾਣਾ ਚੱਲਿਆ ਬੰਦਾ ਕਬਜ਼ਾ ਕਰੀ ਜਾਂਦਾ ਪੰਜਾਬ ਤੇ ਆ ਕੇ ਜਾਓ ਹਿਮਾਚਲ ਰਾਜਸਥਾਨ ਕੀ ਹੈ ਰੇਤਾ ਹੈ ਉਹ ਰੇਤਾ ਵੀ ਅਸੀਂ ਲੈ ਨਹੀਂ ਸਕਦੇ ਉੱਥੇ ਮਰਲਾ ਨਹੀਂ ਲੈ ਸਕਦੇ ਕੋਈ ਇਹਦੇ ਬਾਰੇ ਨੀਤੀ ਲਿਆਂਦੀ ਤੁਹਾਡੇ ਕੋਲ ਹੈਗੀ ਆ ਤੁਸੀਂ ਉਹ ਨੌਕਰੀਆਂ ਬਾਰੇ ਨਹੀਂ ਲਿਆ ਰਹੇ ਗਾਹਾਂ ਲਿਆਉਣੀ ਕੀ ਹੈ ਕਿਉਂਕਿ ਤੁਹਾਡੀ ਨੀਤੀ ਉੱਥੋਂ ਤਿਆਰ ਹੁੰਦੀ ਦਿੱਲੀਓ ਜਿਨ੍ਹਾਂ ਨੇ ਪੰਜਾਬ ਨੂੰ ਮਾਰਨਾ ਲਿਖਿਆ ਹੋਇਆ ਸੋ ਪੰਜਾਬ ਦੇ ਲੋਕੋ ਅਕਲ ਨੂੰ ਹੱਥ ਮਾਰੋ ਸਾਡਾ ਪੰਜਾਬ ਖਾਲੀ ਹੋ ਚੱਲਿਆ ਨੌਜਵਾਨੀ ਇਸੇ ਗੱਲਾਂ ਤੋਂ ਨਿਰਾਸ਼ ਹੋ ਕੇ ਹਤਾਸ਼ ਹੋ ਕੇ ਹੱਥ ਕੇ ਥੱਕ ਕੇ ਬਾਹਰਲੇ ਮੁਲਕਾਂ ਨੂੰ ਡਾਰੀਆਂ ਮਾਰ ਚੱਲੇ ਮੈਂ ਰਾਤ ਹੀ ਇੱਕ ਮੁੰਡਾ ਤਲਵੰਡੀ ਸਾਬੋ ਕੋਲ ਪਿੰਡ ਆ ਉਹਦੇ ਕੋਲ ਘਰੋਂ ਆਇਆ ਉਹਦਾ ਵਿਆਹ ਸੀ ਕੱਲ ਭਾਗੀ ਬੰਦ ਪਿੰਡ ਮੈਂ ਯਾਰ ਕਿਉਂ ਚੱਲਿਆ ਇਕੱਲਾ ਹੈਗਾ ਕਹਿੰਦਾ ਬਾਈ ਮੈਂ ਬੜੀਆਂ ਕੋਸ਼ਿਸ਼ਾਂ ਕੀਤੀਆਂ 4 ਸਾਲ ਇੰਨਾ ਮੱਥਾ ਮਾਰਿਆ ਕੋਈ ਨੌਕਰੀ ਨਹੀਂ ਮਿਲੀ ਕੋਈ ਰੁਜ਼ਗਾਰ ਨਹੀਂ ਹੈਗਾ ਕੋਈ ਅੱਗੇ ਭਵਿੱਖ ਨਹੀਂ ਦਿਖਦਾ ਤੇ ਮੈਂ ਤਾਂ ਵਜਾ ਕੇ ਚੱਲਿਆ ਐਂ ਸਾਡੀ ਨੌਜਵਾਨੀ ਅੱਕ ਕੇ ਬਾਹਰ ਨੂੰ ਭੱਜ ਰਹੀ ਹੈ ਜਾਂ ਨਿਰਾਸ਼ ਹੋ ਕੇ ਜਦੋਂ ਕੋਈ ਰਾਹ ਨਹੀਂ ਦਿਖਦਾ ਭਵਿੱਖ ਹਨੇਰੇ ਹਨੇਰਾ ਦਿਖਦਾ ਫਿਰ ਕੋਈ ਚਿੱਟਾ ਪੀਣ ਲੱਗ ਜਾਂਦਾ ਕੋਈ ਗੋਲੀਆਂ ਕੈਪਸੂਲ ਖਾਣ ਲੱਗ ਜਾਂਦਾ ਕੋਈ ਫਾਹ ਲੈ ਕੇ ਮਰ ਜਾਂਦਾ ਵਾਂਸਿਆਂ ਤੇਰੇ ਵਾਰ ਵਾਰ ਗੱਲ ਯਾਦ ਕਰਾਊਂਗਾ ਤੂੰ ਹੀ ਕਹਿੰਦਾ ਹੁੰਦਾ ਸੀ ਕਿ ਸਿਵਿਆਂ ਦੀ ਅੱਗ ਉੱਚੀ ਹੋ ਗਈ ਚੁੱਲ੍ਹਿਆਂ ਦੀ ਅੱਗ ਨੀਵੀਂ ਚੁੱਲ੍ਹਿਆਂ ਦੀ ਅੱਗ ਬੁੱਝ ਗਈ ਸਿਵਿਆਂ ਦੀ ਅੱਗ ਉੱਚੀ ਹੋ ਗਈ ਅੱਜ ਤੇਰੇ ਰਾਜ ਦੇ ਵਿੱਚ ਵੀ ਸਿਵਿਆਂ ਦੀ ਅੱਗ ਉਵੇਂ ਲਾਟਾਂ ਤੋਂ ਉੱਚੀਆਂ ਹੋ ਗਈਆਂ ਸਾਡੀ ਜਵਾਨੀ ਚਿੱਟੇ ਨਾਲ ਮਰਦੀ ਹੈ ਜਦੋਂ ਤੇ ਚੁੱਲ੍ਹਿਆਂ ਦੀ ਅੱਗਾਂ ਤੇ ਜਮਾ ਹੀ ਪਾਣੀ ਪਾਤਾ ਤੁਸੀਂ ਆ ਗਏ ਮਜ਼ਾਕ ਤੁਸੀਂ ਚੁੱਲ੍ਹਿਆਂ ਦੀ ਅੱਗ ਜਗਾਉਂਦੇ ਜਗਾਉਂਦੇ ਜਲਾਉਂਦੇ ਜਲਾਉਂਦੇ ਚਲਾਉਂਦੇ ਜਲਾਉਂਦੇ ਬੁਝਾਈ ਦਿੱਤੀ ਜਮਾ ਥੱਲੇ ਇੱਕ ਬਾਈ ਲਿਖਦਾ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਸੋ ਵੀਰੇ ਆਪਾਂ ਇਹਨਾਂ ਨੂੰ ਪੜ੍ਹਦੀਏ ਰੁਕ ਗਿਆ ਸੀ ਕੰਮ ਵਿੱਚ ਦੀ ਸੋ ਮੈਂ ਇੱਕ ਸੱਜਣ ਦੀ ਗੱਲ ਕਰਦਾ ਸੀਗਾ ਕਿ ਇਹ ਭੇਡਾਂ ਵੀ ਨਹੀਂ ਹੈਗੀਆਂ ਆਪਣੇ ਭਰਾ ਪੰਜਾਬੀ ਨੇ ਇਹਨਾਂ ਨੇ ਚੰਗਾ ਸੋਚ ਕੇ ਪੰਜਾਬ ਦਾ ਵੀ ਵਧੀਆ ਭਵਿੱਖ ਹੋਊਗਾ ਪੰਜਾਬ ਦਾ ਤਾਂ ਇਹਨਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਸੋ ਕੋਈ ਗੱਲ ਨਹੀਂ ਸਵਾਲਾਂ ਦੇ ਜਵਾਬ ਵੀ ਇਹੀ ਰਹਿਣਗੇ ਘੇਰ ਲੂਗੀ ਵੀ ਇਹੀ ਗੱਲ ਯਾਦ ਰੱਖਿਓ ਮੇਰੀ ਸੋ ਯਾਰ ਪੰਜਾਬੀ ਉਹ ਜਾਗੋ ਯਾਰ ਸਾਡਾ ਸਾਰਾ ਕੁਛ ਲੁੱਟਿਆ ਜਾ ਰਿਹਾ ਬਾਈ ਹੱਕ ਵੀ ਜ਼ਮੀਨਾਂ ਵੀ ਪਾਣੀ ਵੀ ਨੌਕਰੀਆਂ ਵੀ ਬੋਲਣ ਦੇ ਹੱਕ ਅਧਿਕਾਰ ਉਹ ਵੀ ਖੋਏ ਜਾ ਰਹੇ ਨੇ ਇਤਿਹਾਸ ਸਾਡਾ ਉਹ ਤੋੜਿਆ ਮਰੋੜਿਆ ਜਾ ਰਿਹਾ ਰੋਜ਼ ਬਾਈ ਸਾਡੇ ਤੇ ਕੋਈ ਨਾ ਕੋਈ ਹਮਲਾ ਨਵਾਂ ਹੁੰਦਾ ਰੋਜ਼ ਕੋਈ ਨਾ ਕੋਈ ਸਟੇਟ ਇਸ ਸਟੇਟ ਦੇ ਜਿਹੜੇ ਸੰਦ ਨੇ ਇਹਨਾਂ ਦੇ ਦਲਾਲ ਨੇ ਜਿਹੜੇ ਕੋਈ ਨਾ ਕੋਈ ਨਵੀਂ ਨੀਤੀ ਇਹੋ ਜਿਹੀ ਪੰਜਾਬ ਮਾਰੂ ਨੀਤੀ ਲੈ ਕੇ ਆਉਂਦੇ ਆ ਇਹ ਅਸੀਂ ਜਾ ਕਰਾਂਗੇ ਬਾਈ ਤਾਂ ਹੀ ਜਾ ਕੇ ਕਿਤੇ ਮਸਲੇ ਦਾ ਹੱਲ ਹੋਣਾ ਨਹੀਂ ਠੀਕ ਹੈ ਆਪਾਂ ਕੀ ਲੈਣਾ ਆਪਾਂ ਇਹ ਗੱਲ ਚ ਪਏ ਹੋਏ ਆਪਾਂ ਕੀ ਲੈਣਾ ਆਪਾਂ ਕਿਉਂ ਅੱਗੇ ਆਉਣਾ ਆਪਾਂ ਹੀ ਲੈਣਾ ਬਾਈ ਇਸ ਪੰਜਾਬ ਲਈ ਆਪਾਂ ਹੀ ਲੈਣਾ ਸਾਡੀ ਧਰਤੀ ਸਾਡੀ ਜਨਮ ਭੂਮੀ ਹੈ ਸਾਡੀ ਕਰਮ ਭੂਮੀ ਹੈ ਸਾਡੀ ਮਰਨ ਭੂਮੀ ਹੈ ਸਾਡੇ ਪੁਰਖਿਆਂ ਦੀ ਧਰਤੀ ਹੈ ਬਾਈ ਇੱਥੇ ਸਾਡਾ ਖੂਨ ਡੁੱਲਿਆ ਇਹ ਸਾਡੇ ਲਈ ਕੋਈ
ਐ ਨਾ ਸਮਝੋ ਕੋਈ ਅਸੀਂ ਕੀ ਲੈਣਾ ਸਾਡਾ ਕੀ ਲੱਗਦਾ ਨਹੀਂ ਇਹ ਧਰਤੀ ਮਾਂ ਸਾਡਾ ਬਹੁਤ ਗੂੜਾ ਰਿਸ਼ਤਾ ਬਈ ਇਹਦੇ ਲਈ ਲੜਨਾ ਪੈਣਾ ਬਈ ਤੁਹਾਨੂੰ ਬੇਨਤੀ ਕਰਦਾ ਪੰਜਾਬ ਦੇ ਲੋਕੋ ਹਰ ਗੱਲ ਦੇ ਉੱਤੇ ਬਹੁਤ ਤਿੱਖੀ ਨਿਗਾਹ ਰੱਖਿਆ ਕਰੋ ਪੂਰਾ ਦਿਮਾਗ ਤਿੱਖਾ ਰੱਖਿਆ ਕਰੋ ਕਿ ਇੱਥੇ ਸਾਡੇ ਨਾਲ ਕੀ ਹੋ ਰਿਹਾ ਸੋ ਆਹ ਗੱਲਾਂ ਤੁਹਾਨੂੰ ਮੈਂ ਦੱਸੀਆਂ ਨੇ ਜਿਹੜੀ ਕਰਤੂਤ ਜਿਨ੍ਹਾਂ ਨੇ ਕੀਤੀ ਹੈ ਖੌਤੀ ਇਨਕਲਾਬੀਆਂ ਨੇ ਇਹਦਾ ਜਵਾਬ ਜ਼ਰੂਰ ਮੰਗੋ ਜੇ ਇਹਨਾਂ 'ਚ ਹਿੰਮਤ ਹੈ ਇਹਨਾਂ ਕਿਸੇ MLA 'ਚ ਕਿਸੇ ਮੰਤਰੀ 'ਚ ਤਾਂ ਮੇਰੀਆਂ ਗੱਲਾਂ ਦਾ ਜਵਾਬ ਦੇਣ ਜੇ ਮੈਂ ਸਹੀ ਜੇ ਮੈਂ ਗਲਤ ਸਾਬਤ ਹੋਇਆ ਤਾਂ ਮੈਂ ਇਹਨਾਂ ਨੂੰ ਮਾਫ਼ੀ ਮੰਗੂਗਾ ਇੰਨੀ ਮੇਰੀਆਂ ਗੱਲਾਂ ਦਾ ਜਵਾਬ ਦੇਣ ਜਿਹੜੀਆਂ ਗੱਲਾਂ ਮੈਂ ਆਹ ਨੌਕਰੀਆਂ ਨੂੰ ਲੈ ਕੇ ਕੀਤੀਆਂ ਨੇ ਆਹ ਜਹਾਜ਼ ਨੂੰ ਲੈ ਕੇ ਕੀਤੀਆਂ ਨੇ ਕਰੋੜਾਂ ਰੁਪਇਆ ਦਾ ਜਿਹੜਾ ਇਸ਼ਤਿਹਾਰਬਾਜ਼ੀ ਹੋ ਰਹੀ ਹੈ ਐਡ ਤੇ ਮਸ਼ਹੂਰੀਆਂ 'ਤੇ ਖਰਚਾ ਕੀਤਾ ਜਾ ਰਿਹਾ ਮੈਂ ਕਿਤੇ ਵੀ ਗਲਤ ਸਾਬਤ ਹੋਵਾਂ ਤੇ ਜੇ ਇਹ ਗਲਤ ਸਾਬਤ ਹੁੰਦੇ ਆ